ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਮੇਰੇ YouTube ਚੈਨਲ ਦੇ ਉੱਤੇ ਬੀ ਐਸ semesters 3 ਰਿਲੀਜਨ ਦਾ ਜਿਹੜਾ ਹੈ ਪ੍ਰੀवियस ਇਅਰ ਦੇ ਕੁਐਸਚਨ ਪੇਪਰ ਨੂੰ ਡਿਸਕਸ ਕਰਾਂਗੇ ਸੋ ਇਹ ਜਿਹੜਾ ਕੁਐਸਚਨ ਪੇਪਰ ਹੈਗਾ ਇਹ ਪ੍ਰਾਈਵੇਟ ਤੇ ਡਿਸਟੈਂਸ ਵਾਲਿਆਂ ਦਾ ਲੇਕਿਨ ਫੇਰ ਵੀ ਜਿਹੜਾ ਹੈ ਰੈਗੂਲਰ ਵਾਲਿਆਂ ਨੇ ਵੀ ਇੰਪੋਰਟੈਂਟ ਹੈ ਲੇਕਿਨ ਕਿਉਂਕਿ ਇਹ ਕੋਈ ਕਿਸੇ ਨੂੰ ਵੀ ਇਹ ਕੁਐਸਚਨ ਪੇਪਰ ਦੁਬਾਰਾ ਜਿਹੜਾ ਹੈਗਾ ਪਾ ਸਕਦੇ ਨੇ 100 ਨੰਬਰ ਦਾ ਹੁੰਦਾ ਹੈ ਠੀਕ ਹੈ ਪ੍ਰਾਈਵੇਟ ਤੇ ਡਿਸਟੈਂਸ ਵਾਲਿਆਂ ਦਾ ਲੇਕਿਨ ਜਿਹੜਾ ਹੈ ਰੈਗੂਲਰ ਵਾਲਿਆਂ ਦੀ ਮਾਰਕਿੰਗ ਸਕੀਮਾ ਜਿਹੜੀ ਹੈਗੀ ਇੱਥੇ ਡਿਫਰੈਂਸ ਹੁੰਦੀ ਹੈ ਤਾਂ ਸੈਕਸ਼ਨ ਤਿੰਨ ਸੈਕਸ਼ਨ ਹੋਣਗੇ ਏ ਦੇ ਵਿੱਚ ਚਾਰ ਕੁਐਸਚਨ ਪੁੱਛੇ ਜਾਣਗੇ ਦੋ ਕਰਨੇ ਆ ਸੈਕਸ਼ਨ ਬੀ ਚ ਸੱਤ ਪੁੱਛੇ ਜਾਣਗੇ ਪੰਜ ਕਰਨੇ ਆ ਸੈਕਸ਼ਨ ਸੀ ਦੇ ਵਿੱਚ 15 ਪੁੱਛੇ ਜਾਣੇ ਸਾਰੇ ਦੇ ਸਾਰੇ ਕਰਨੇ ਆ ਤਾਂ ਸੈਕਸ਼ਨ ਏ ਦੇ ਲਈ ਜਿਹੜਾ ਹੈਗਾ ਆਪਾਂ ਨੇ ਤਿੰਨ ਚਾਰ ਸ਼ੀਟਸ ਭੰਨੀਆਂ ਨੇ ਤਿੰਨ ਸਾਢੇ ਤਿੰਨ ਚਾਰ ਸੈਕਸ਼ਨ ਬੀ ਲਈ ਆਪਾਂ ਡੇਢ ਦੋ ਢਾਈ ਪੇਜ ਭਰ ਸਕਦੇ ਆ ਸੈਕਸ਼ਨ ਸੀ ਦੇ ਲਈ ਜਿਹੜਾ ਹੈ ਆਪਾਂ ਇੱਕ ਸ਼ੀਟ ਦੇ ਉੱਤੇ ਤਿੰਨ ਚਾਰ ਕੁਐਸਚਨ ਕਰ ਸਕਦੇ ਆ ਅਕੋਰਡਿੰਗ ਟੂ ਲੈਂਥ ਕਿੰਨੀਆਂ ਸ਼ਾਰਟ ਕੁਐਸਚਨ ਦੀ ਠੀਕ ਹੈ ਸੋ ਸੈਕਸ਼ਨ A ਚ ਲਾਸਟ ਵਾਰ ਜਿਹੜੇ ਕੁਐਸਚਨ ਪੁੱਛੇ ਗਏ ਸੀ ਇਹ ਕਿਉਂਕਿ ਲਾਸਟ ਈਅਰ ਦਾ ਕੁਐਸਚਨ ਪੇਪਰ ਵੀ ਮੈਂ ਪਾ ਦਿੱਤਾ ਹੈ ਇਹ ਉਸ ਤੋਂ ਲਾਸਟ ਈਅਰ ਦਾ ਕੁਐਸਚਨ ਪੇਪਰ ਹੈ origin and development of judaism judaism ਦੇ ਜਿਹੜਾ ਹੈ ਉਤਪਤੀ ਅਤੇ ਵਿਕਾਸ ਬਾਰੇ ਲਿਖੋ ਹੁਣ ਇਹ ਕੁਐਸਚਨ ਪੇਪਰ ਦੇ ਵਿੱਚ ਵੀ ਆਇਆ ਹੋਇਆ ਤੇ ਉਸ ਤੋਂ ਪੁਰਾਣੇ ਵਾਲੇ ਕੁਐਸਚਨ ਪੇਪਰ ਚ ਵੀ ਆਇਆ ਹੋਇਆ ਠੀਕ ਹੈ 2022 ਦੇ ਵਿੱਚ ਵੀ ਆਇਆ ਸੀ ਤੇ ਹੁਣ ਵੀ ਇਹਦੇ ਚਾਂਸਸ ਪੱਕਾ ਨੇ ਕਿ ਜੂਡੀਜ਼ਮ ਦੇ origin ਅਤੇ development ਬਾਰੇ ਲਿਖੋ ਮੈਂ ਹੁਣੇ ਟੀਚਿੰਗ ਵੀਡੀਓ ਵੀ ਪਾਈ ਹੈ ਜਿਨ੍ਹਾਂ ਨੇ ਚੈੱਕ ਆਊਟ ਨਹੀਂ ਕੀਤੀ ਤਾਂ ਉਹ ਵੀਡੀਓ ਵੀ ਚੈੱਕ ਆਊਟ ਕਰ ਲਿਓ ਬਹੁਤ ਆਸਾਨ ਤਰੀਕੇ ਦੇ ਨਾਲ ਮੈਂ ਦੱਸੀ ਹੈ ਯਹੂਦੀ ਧਰਮ ਦੇ ਉਤਪਤੀ ਅਤੇ ਵਿਕਾਸ ਲਾਈਫ ਐਂਡ ਟੀਚਿੰਗਸ ਆਫ ਜੀਸਸ ਕ੍ਰਾਈਸਟ ਤਾਂ ਜੀਸਸ ਕ੍ਰਾਈਸਟ ਈਸਾ ਮਸੀਹ ਦਾ ਜੀਵਨ ਅਤੇ ਸਿੱਖਿਆਵਾਂ ਤੇ ਨੋਟ ਲਿਖੋ ਪ੍ਰੋਫਿਟ ਮੁਹੰਮਦ ਠੀਕ ਹੈ ਹਜ਼ਰਤ ਮੁਹੰਮਦ ਦੇ ਜੀਵਨ ਬਾਰੇ ਲਿਖਣਾ ਹੈ ਜਨਤ ਅਵੇਸਤਾ ਕੀ ਹੈ ਅਤੇ ਇਸ ਨੂੰ ਡਿਟੇਲ ਦੇ ਵਿੱਚ ਲਿਖੋ ਇੰਪੋਰਟੈਂਟ ਕੁਐਸਚਨ ਹੈ ਇਹ ਵੀ ਸੈਕਸ਼ਨ B ਚ ਆਇਆ ਹੈ 10 ਕਮਾਂਡਮੈਂਟਸ ਆਫ ਜੁਡੀਜ਼ਮ ਯਹੂਦੀਵਾਦ ਦੇ ਯਹੂਦੀ ਧਰਮ ਦੇ 10 ਨਿਰਦੇਸ਼ ਇਹ बार-बार ਕੁਐਸਚਨ ਰਿਪੀਟ ਹੁੰਦੇ ਨੇ ਰਾਈਟ ਅ ਸ਼ੋਰਟ ਨੋਟ ਔਨ ਪ੍ਰੋਫਿਟ ਮੂਸਾ ਠੀਕ ਹੈ ਤਾਂ ਪ੍ਰੋਫਿਟ ਮੂਸਾ ਦੇ ਜਿਹੜਾ ਹੈ ਜੀਵਨ ਦੇ ਉੱਤੇ ਨੋਟ ਲਿਖੋ ਤਾਂ ਇਹ ਵੀ ਇੰਪੋਰਟੈਂਟ ਕੁਐਸਚਨ ਬਾਰ ਆ ਆਂਦਾ ਹੈ ਤੇ ਜਰੂਦਾਸ਼ਤਰ ਜਿਹੜਾ ਹੈ ਇਸ ਤੋਂ ਇਸ ਦੇ ਜੀਵਨ ਦੇ ਬਾਰੇ ਲਿਖੋ ਕੁਰਾਨ ਦਾ ਮਤਲਬ ਕੀ ਹੈ ਤੇ ਬਾਈਬਲ ਵੀ ਆ ਸਕਦਾ ਹੈ ਕੁਰਾਨ ਵੀ ਆ ਸਕਦਾ ਹੈ ਠੀਕ ਹੈ ਇੰਪੋਰਟੈਂਟ ਕੁਐਸਚਨ ਹੈ ਬਰੀਫ ਇੰਟਰੋਡਕਸ਼ਨ ਆਫ ਨਿਊ ਟੈਸਟਾਮੈਂਟ ਠੀਕ ਹੈ ਨਿਊ ਟੈਸਟਾਮੈਂਟ 올ਡ ਟੈਸਟਾਮੈਂਟ ਇਹ ਦੋਨੋਂ ਇੰਪੋਰਟੈਂਟ ਹੈ ਸ਼ੋਰਟ ਦੇ ਵਿੱਚ ਪੱਕਾ ਪੁੱਛੇ ਜਾਂਦੇ ਨੇ ਟੀਚਿੰਗਸ ਆਫ ਪ੍ਰੋਫਟ ਮੁਹੰਮਦ ਠੀਕ ਹੈ حضرت ਮੁਹੰਮਦ ਦੀਆਂ ਜਿਹੜੀਆਂ ਸਿੱਖਿਆਵਾਂ ਨੇ ਉਹਨਾਂ ਦੇ ਬਾਰੇ ਲਿਖੋ ਜਿਊਜ਼ ਠੀਕ ਹੈ ਜਿਊਜ਼ ਕਿਹਨੂੰ ਕਹਿੰਦੇ ਨੇ ਹੂਦੀ ਅਬਰਾਹਮ ਯਹੋਵਾ ਨਬੀਮ ਇਸਾਕ ਜੰਦਵੇਸਤਾ ਐਕਸੋਡਸ ਹਿਸਟੋਰੀਕਲ ਨਰੇਟਿਵਸ ਬਾਈਬਲ ਕੁਰਾਨ ਮੱਕਾ ਠੀਕ ਹੈ ਇੰਪੋਰਟੈਂਟ ਕੁਐਸਚਨ ਨੇ ਅਰਮ ਮਾਜ਼ਦਾ ਕੁਰਾਨ ਜੈਰੂਸਤਾਸਤਰ ਵਿੰਦੀ ਵਿੰਦੀਦਾਦ ਅਤੇ ਖਦੀਜਾ ਇੰਪੋਰਟੈਂਟ ਕੁਐਸਚਨ ਹੈ ਉਸ ਤੋਂ ਬਾਅਦ ਪੰਜਾਬੀ ਵਿੱਚ ਡਿਸਕਸ ਕਰਿਆ ਯਹੂਦੀ ਧਰਮ ਦਾ ਆਰੰਭ ਅਤੇ ਵਿਕਾਸ ਬਾਰੇ ਲਿਖੋ ਈਸਾ ਮਸੀਹ ਦੇ ਜੀਵਨ ਤੇ ਸਿੱਖਿਆਵਾਂ ਬਾਰੇ ਲਿਖੋ ਹਜ਼ਰਤ ਮੁਹੰਮਦ ਸਾਹਿਬ ਦੇ ਜੀਵਨ ਉੱਤੇ ਜਿਹੜਾ ਹੈ ਚਾਨਣਾ ਪਾਓ ਜੰਦ ਅਵੇਸਤਾ ਤੋਂ ਕੀ ਪਾਵ ਹੈ ਵਿਸਤਾਰ ਸਹਿਤ ਲਿਖੋ ਸੈਕਸ਼ਨ ਬੀ ਚ ਕੁਐਸਚਨ ਹੈ ਯੂਦੀ ਧਰਮ ਦੇ 10 ਆਦੇਸ਼ਾਂ ਦੇ ਉੱਤੇ ਚਾਨਣਾ ਪਾਓ ਹਜ਼ਰਤ موسی ਦੇ ਜੀਵਨ ਦੇ ਬਾਰੇ ਚਰਚਾ ਕਰੋ ਸਿੱਖਿਆਵਾਂ ਦਾ ਸੋ ਕੋਈ ਵੀ ਕੁਐਸਚਨ ਆ ਸਕਦਾ ਹੈ ਜ਼ਰਤੁਸਤ ਦੇ ਜੀਵਨ ਤੇ ਨੋਟ ਲਿਖੋ ਕੁਰਾਨ ਤੋਂ ਕੀ ਪਾਵ ਹੈ ਇਸ ਗ੍ਰੰਥ ਬਾਰੇ ਚਰਚਾ ਦਿਓ ਨਵਾਂ ਨੇਮ ਪੁਰਾਣਾ ਨੇਮ ਇੰਪੋਰਟੈਂਟ ਕੁਐਸਚਨ ਹੈ ਵੀ ਹਜ਼ਰਤ ਮੁਹੰਮਦੀਆਂ ਸਿੱਖਿਆਵਾਂ ਦੇ ਉੱਤੇ ਨੋਟ ਲਿਖੋ ਪੁਰਾਣੇ ਨੇਮ ਦੇ ਬਾਰੇ ਸੰਖੇਪ ਜਾਣਕਾਰੀ ਦਿਓ ਤੇ ਸੰਖੇਪ ਦੇ ਵਿੱਚ ਸੈਕਸ਼ਨ ਸੀ ਦੇ ਵਿੱਚ ਕੁਐਸਚਨ ਨੇ ਜਿਹੜੇ ਯਹੂਦੀ ਠੀਕ ਹੈ ਯਹੂਦੀ ਧਰਮ ਦੇ ਜਿਹੜਾ ਮੰਨਦੇ ਨੇ ਉਹ ਯਹੂਦੀ ਕਿਹਾ ਜਾਂਦਾ ਹੈ ਅਬਰਾਮ ਯਹੋਵਾ ਨਬੀਮ ਇਸਾਕ ਜਾਂਦ ਅਵੇਸਤਾ ਕੂਚ ਇਤਿਹਾਸਕ ਵਿਖਿਆਨ ਬਾਈਬਲ ਮੱਕਾ ਅਹੁਰਮਜ਼ਦ ਕੁਰਾਨ ਜ਼ਰਤੁਸਤ ਵੇਦੀ ਵੇਦੀਦਾਦ ਠੀਕ ਹੈ ਖਦੀਜਾ ਇੰਪੋਰਟੈਂਟ ਕੁਐਸਚਨ ਨੇ ਸੋ ਇਹ ਸ਼ਾਰਟ ਕੁਐਸਚਨ ਵੀ ਤੁਸੀਂ ਜਿਹੜਾ ਹੈਗਾ ਰਿਪੀਟ ਦੇ ਵਿੱਚ ਯਾਦ ਕਰ ਸਕਦੇ ਹੋ ਸੋ ਸੀ ਅੱਜ ਦਾ ਵੀਡੀਓ ਮਿਲਦੇ ਆ ਨਵੇਂ ਵੀਡੀਓ ਦੇ ਨਾਲ